ਹੈਲੋ ਦੋਸਤੋ ਮੇਰੇ ਜੂਟੇ ਚੈਨਲ ਮੇਂ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਜੋ ਬਾਜੂ ਤੇ ਅਸੀਂ ਕਾਫ ਲਾਉਣੇ ਆ ਉਸ ਦਾ ਤਰੀਕਾ ਦੱਸਾਂਗੇ ਤੁਸੀਂ ਕੀ ਕਰਨਾ ਇੱਥੇ 2 ਇੰਚ ਦੇ ਕੱਟ ਪਾ ਲੈਣਾ ਪਹਿਲਾਂ ਔਰ ਇਹ ਦੇਖੋ ਅਸੀਂ ਪੂਰੀ ਫੁੱਲ ਬਾਜੂ ਦਾ ਕਮੀਜ਼ ਤਿਆਰ ਕਰ ਰਹੇ ਆ ਤਾਂ ਤੁਸੀਂ ਕੀ ਕਰਨੀ ਜਿੰਨੀ ਲੈਂਥ ਲੈਣੀ ਆ ਆਪਦੀ ਬਾਜੂ ਨੂੰ ਨਾਪ ਕੇ ਉਹਨੀ ਲੈਂਥ ਰੱਖ ਲੈਣੀ ਆ ਉਸ ਦੀ ਉਸ ਤੋਂ ਬਾਅਦ ਤੁਸੀਂ ਇਹ ਪੱਟੀ ਕੱਟ ਲੈਣੀ ਆ ਉਹਦੇ ਵਿੱਚੋਂ ਜਿੰਨੀ ਲੰਬਾਈ ਰੱਖਣੀ ਆ ਤੁਸੀਂ ਕਾਫ ਦੀ 9.5 10 ਜਿੰਨੀ ਵੀ ਰੱਖਣੀ ਆ ਤਾਂ ਤੁਸੀਂ ਉਹ ਨਾਪ ਲੈਣੀ ਆ ਤਾਂ ਅਸੀਂ ਇਹਦੀ 9.5 ਇੰਚ ਲੰਬਾਈ ਰੱਖੀ ਆ ਔਰ ਐਸੀ ਹੁਣ ਇਹਦੀ ਚੌੜਾਈ 5 ਇੰਚ ਰੱਖੀ ਆ ਤਾਂ ਅਸੀਂ ਇਹਦੀ 5 ਇੰਚ ਚੌੜਾਈ ਰੱਖਣ ਤੋਂ ਬਾਅਦ ਅਸੀਂ ਦੋ ਪੀਸ ਇੱਕੋ ਜਿਹੇ ਕੱਟ ਲਏ ਆ ਇਹ ਦੇਖੋ ਤਾਂ ਦੋਨਾਂ ਪੀਸਾਂ ਨੂੰ ਅਸੀਂ ਹੁਣ ਇਹਨਾਂ ਦੀ ਸਿਲਾਈ ਕਰਾਂਗੇ ਇਹਨੂੰ ਉਲਟਾ ਕਰ ਲੈਣਾ ਆ ਔਰ ਉਲਟਾ ਕਰਕੇ ਇਸ ਨੂੰ ਡਬਲ ਫੋਲਡ ਕਰ ਲੈਣਾ ਹੈ। ਕੁਛ ਇਸ ਤਰ੍ਹਾਂ ਇਹਨੂੰ ਡਬਲ ਕਰ ਲੈਣਾ ਹੈ। ਤਾਂ ਇਹਨਾਂ ਦੀ ਡਬਲ ਕਰਕੇ ਅਸੀਂ ਇੱਕ ਵਾਰ ਸਿਲਾਈ ਕਰਾਂਗੇ। ਦੋਨਾਂ ਪੀਸਾਂ ਦੀ ਅਸੀਂ ਇੱਕ ਸਾਥ ਹੀ ਇਕੱਠੀ ਕਰ ਰਹੇ ਹਾਂ। ਦੋਨਾਂ ਬਾਜੂ ਹੈ ਜਿਹੜੀ ਤਾਂ ਤੁਸੀਂ ਕੁਛ ਇਸ ਤਰ੍ਹਾਂ ਇੱਕੋ ਜਿਹੀ ਹੀ ਇਹਨਾਂ ਦੀ ਸਿਲਾਈ ਕਰ ਲੈਣਾ। ਸਿਲਾਈ ਕਰਨ ਤੋਂ ਬਾਅਦ ਤੁਸੀਂ ਇਹ ਕਾਫ ਨੂੰ ਨਾਪਣਾ ਕਿ ਤੁਸੀਂ ਕਾਫ ਕਿੰਨੀ ਰੱਖਣੀ ਆ। ਤਾਂ ਅਸੀਂ ਇਹ 4.5 ਦੀ ਹੈ ਸਾਡੇ ਕੋਲੇ ਲੈਂਥ ਹੈ ਦੀ ਤਾਂ ਤੁਸੀਂ ਇਹਦੇ ਬਰਾਬਰ ਹੀ ਰੱਖਣੀ ਆ ਅਗਰ ਤੁਹਾਡੀ ਬਾਜੂ ਥੋੜੀ ਜਿਹੀ ਖੁੱਲੀ ਆ ਤਾਂ ਤੁਸੀਂ ਇਹਦੇ ਵਿੱਚ ਦੋ ਬਲ ਵੀ ਪਾ ਸਕਦੇ ਹੋ ਅਸੀਂ ਬਿਨਾ ਬਲਾਂ ਵਾਲੀ ਬਣਾ ਰਹੇ ਆ ਤਾਂ ਜੋ ਅਸੀਂ ਇੱਥੋਂ ਕੱਟ ਲਗਾਇਆ ਏ ਬਾਜੂ ਦਾ ਤਾਂ ਹੁਣ ਅਸੀਂ ਇਹ ਤੋਂ ਪੂਰੀ ਜੋ ਬਾਜੂ ਦੀ ਸਲਾਈ ਹੁੰਦੀ ਹੈ ਸਾਡੀ ਉਹ ਵਾਲੀ ਕਰਾਂਗੇ 2 ਇੰਚ ਅੱਗੇ ਤੋਂ ਛੱਡ ਕੇ ਬਾਕੀ ਅਸੀਂ ਇਹਦੀ ਪੂਰੀ ਲੰਬਾਈ ਹੈ ਜੋ ਉਹਦੀ ਸਲਾਈ ਕਰ ਦਾਂਗੇ ਜੋ ਤਾਂ ਕਸੀ ਸਲਾਈ ਕਰ ਰਹੇ ਆਂ ਇਹਦੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਨੂੰ ਦੇਖਦੇ ਰਹੋ ਪਲੀਜ਼ ਤਾਂ ਕੁਛ ਇਸ ਤਰ੍ਹਾਂ ਅਸੀਂ ਇਹਨੂੰ ਫੋਲਡ ਕਰ ਲੈਣੀ ਆ ਜੋ ਅਗਲਾ ਹਿੱਸਾ ਹੈ ਫੋਲਡ ਕਰਕੇ ਕੁਛ ਇਸ ਤਰ੍ਹਾਂ ਇਹਨੂੰ ਡਬਲ ਫੋਲਡ ਕਰਕੇ ਇਹਦੇ ਉੱਪਰ ਅਸੀਂ ਸਲਾਈ ਕਰਾਂਗੇ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਕਿ ਤਾਂਕਿ ਇਸ ਤੋਂ ਕੋਈ ਹੋਰ ਵੀ ਲੋਕ ਸਿੱਖ ਸਕਣ ਤਾਂ ਇਸ ਤਰ੍ਹਾਂ ਕੁਝ ਅਸੀਂ ਇਹਨੂੰ ਫੋਲਡ ਕਰ ਦਾਂਗੇ ਇਹਦੀ ਸਲਾਈ ਹੁਣ ਅਸੀਂ ਦੋਨਾਂ ਵਾਜੂ ਦੀ ਇਕੱਠੀ ਕੰਪਲੀਟ ਕਰ ਲੈਣੀ ਆ ਕੁਝ ਇਸ ਤਰ੍ਹਾਂ ਇਹਨਾਂ ਦੀ ਸਲਾਈ ਕਰਕੇ ਇਹ ਬਹੁਤ ਹੀ ਵਧੀਆ ਵਾਜੂ ਤਿਆਰ ਹੋ ਜੂਗੀ ਇਹਦੇ ਨਾਲ ਜੋ ਕਿ ਵੱਡੀ ਉਮਰ ਦੀ ਲੇਡੀਜ਼ ਹੁੰਦੀਆਂ ਨੇ ਜੋ ਜਿਵੇਂ ਕਿ 50 60 ਸਾਲ ਦੀ ਉਮਰ ਦੀਆਂ ਉਹ ਲੇਡੀ ਇਹਨਾਂ ਨੂੰ ਖਾਸ ਕਰ ਪੋਣਾ ਪਸੰਦ ਕਰਦੀਆਂ ਅਸੀਂ ਇਹ ਬਿਨਾ ਬੁਕਰਮ ਵਾਲੀ ਬਣਾਵਾਂਗੇ ਇਹਦੇ ਵਿੱਚ ਕੋਈ ਵੀ ਬੁਕਰਮ ਨਹੀਂ ਪਾਣੀਗੇ ਤਾਂ ਸਿੰਪਲ ਹੀ ਕੱਪੜੇ ਨੂੰ ਫੋਲਡ ਕਰਕੇ ਉਸ ਦੇ ਉੱਪਰ ਲਗਾਵਾਂਗੇ ਤੇ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਬੁਕਰਮ ਵੀ ਪਾ ਸਕਦੇ ਹੋ ਤਾਂ ਅਸੀਂ ਇਹਨਾਂ ਨੂੰ ਬਿਨਾ ਬੁਕਰਮ ਵਾਲੀ ਹੀ ਬਣਾਈ ਹੈ ਕੁਝ ਇਸ ਤਰ੍ਹਾਂ ਅਸੀਂ ਇਹਨਾਂ ਦੀ ਸਲਾਈ ਕਰਕੇ ਰੱਖ ਲਈ ਹੈ ਇਹਨਾਂ ਨੂੰ ਹੁਣ ਅਸੀਂ ਇਹਨਾਂ ਨੂੰ ਜੁਆਇੰਟ ਕਰਾਂਗੇ ਦੋਨਾਂ ਨੂੰ ਤਾਂ ਤੁਸੀਂ ਇਹ ਦੇਖਣਾ ਇਹਨੂੰ ਕਿ ਇਹ ਬਰਾਬਰ ਹੀ ਹੋਣੀ ਚਾਹੀਦੀ ਹੈ ਸਲਾਈ ਦੀ ਦੋਨੇ ਇੱਕੋ ਜੀਆਂ ਤਾਂ ਹੁਣ ਅਸੀਂ ਇਹਨਾਂ ਨੂੰ ਦੋਨਾਂ ਨੂੰ ਕੁਝ ਇਸ ਤਰ੍ਹਾਂ ਖੋਲ ਲਾਂਗੇ ਔਰ ਕਮੀਜ਼ ਦੀ ਉਲਟੀ ਸਾਈਡ ਲਵਾਂਗੇ ਤੇ ਕਾਫ ਨੂੰ ਕੁਝ ਇਸ ਤਰ੍ਹਾਂ ਉਹਦੇ ਉੱਪਰ ਰੱਖਾਂਗੇ ਇਹ ਵੀਡੀਓ ਤੁਸੀਂ ਧਿਆਨ ਨਾਲ ਦੇਖ ਲਿਓ ਕੁਝ ਇਸ ਤਰ੍ਹਾਂ ਇਹਨਾਂ ਵਸੇ ਜੁਆਇਨ ਕਰ ਰਹੇ ਹਾਂ ਇੱਥੋਂ ਇਹਦੀ ਸਲਾਈ ਕਰ ਦਾਂਗੇ ਅਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਪਲੀਜ਼ ਕਿ ਸੋਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਅਗਰ ਤੁਸੀਂ ਕੁਝ ਪੁੱਛਣਾ ਵੀ ਚਾਹੁੰਦੇ ਆ ਤਾਂ ਵੀ ਸਾਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਜੇ ਅਗਰ ਸਾਨੂੰ ਕੋਈ ਵੀ ਚੀਜ਼ ਨਾ ਸਮਝ ਆਵੇ ਤਾਂ ਇਸ ਤਰ੍ਹਾਂ ਅਸੀਂ ਇਹਦੀ ਵਿੱਚ ਵਿੱਚ ਸਿਲਾਈ ਕਰ ਲਾਂਗੇ ਪੂਰੀ ਇਸ ਤਰ੍ਹਾਂ ਇਹਦੀ ਪੂਰੀ ਸਿਲਾਈ ਹੋ ਗਈ ਹੈ ਹੁਣ ਹੁਣ ਇੱਥੋਂ ਤੱਕ ਹੀ ਇਹਦੀ ਸਿਲਾਈ ਕਰਨੀ ਆ ਅਸੀਂ ਬਸ ਉਹ ਤੋਂ ਬਾਅਦ ਇਹਨੂੰ ਵਾਪਸ ਉਲਟਾ ਕਰਕੇ ਇਹਦੀ ਸਿਲਾਈ ਖਤਮ ਕਰ ਦੇਣੀ ਹੈ ਇੱਥੋਂ ਕੁਝ ਇਸ ਤਰ੍ਹਾਂ ਹੋਣੇ ਦੀ ਕਫ ਨੂੰ ਅਸੀਂ ਸਿੱਧਾ ਕਰ ਲਾਂਗੇ ਤਾਂ ਜੋ ਉੱਪਰਲਾ ਹਿੱਸਾ ਇਹਨੂੰ ਅੰਦਰ ਨੂੰ ਫੋਲਡ ਕਰਕੇ ਜੋ ਐਕਸਟਰਾ ਧਾਗਾ ਹੈ ਉਹ ਅਸੀਂ ਕੱਟ ਦੇਣਾ ਹੈ ਇਹਨੂੰ ਥੋੜਾ ਜਿਹਾ ਮੋੜ ਕੇ ਤੇ ਇਸ ਦੇ ਉੱਪਰ ਅਸੀਂ ਸਿਲਾਈ ਕਰਾਂਗੇ ਇਹ ਚੀਜ਼ ਥੋੜੀ ਬਾਹਰਲੀ ਸਾਈਡ ਹੋਣੀ ਚਾਹੀਦੀ ਆ ਹੁਣ ਅਸੀਂ ਇਹਨੂੰ ਪੂਰੀ ਇਹਦੀ ਸਿਲਾਈ ਕਰ ਲੈਣੀ ਆ ਸਾਰੀ ਕਾਫ ਦੀ ਇੱਕ ਆਫ ਬਣਾਉਣੀ ਬਹੁਤ ਹੀ ਸੌਖੀ ਆ ਕੋਈ ਇੰਨਾ ਜ਼ਿਆਦਾ ਇਹਦੇ ਵਿੱਚ ਔਖੇ ਦਾ ਕੰਮ ਨਹੀਂਗਾ ਔਖਾ ਨਹੀਂ ਕੰਮ ਤਾਂ ਅਸੀਂ ਇਹਨੂੰ ਸਾਰੀ ਨੂੰ ਸਲਾਈ ਕੰਪਲੀਟ ਕਰ ਲਾਂਗੇ ਹੁਣ ਇਹਦੀ ਕੁਝ ਇਸ ਤਰ੍ਹਾਂ ਔਰ ਇੱਥੋਂ ਅਸੀਂ ਹੁਣ ਇਹਦੀ ਪੂਰੀ ਕੰਪਲੀਟ ਕਰਕੇ ਜਮਾ ਸਿਰੇ ਤਾਂ ਇਹ ਲਿਆ ਕੇ ਥੋੜੀ ਜਿਹੀ ਇਹਨੂੰ ਮਸ਼ੀਨ ਦੇ ਪੈਰ ਪੈਰ ਤੱਕ ਹੀ ਜਗ੍ਹਾ ਛੱਡਾਂਗੇ ਕੰਨੀ ਤੋਂ ਇੱਕ ਵਾਰ ਇਸ ਦੇ ਉੱਪਰ ਫੇਰ ਅਸੀਂ ਇਹ ਮਸ਼ੀਨ ਚਲਾਵਾਂਗੇ ਸਾਰੀ ਦੇ ਬਾਹਰਲੀ ਸਾਈਡ ਕੁਛ ਇਸ ਤਰ੍ਹਾਂ ਇਹਦੀ ਬਹੁਤ ਹੀ ਵਧੀਆ ਫਿਨਿਸ਼ਿੰਗ ਆਉਗੀ ਇਸ ਨਾਲ ਤਰੀਕੇ ਨਾਲ ਇਹ ਦੇਖੋ ਫਰੈਂਡਸ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਸਿਲਾਈ ਕਰ ਲਈ ਆ ਇਹ ਸਾਡੀ ਕੱਫ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕਾਫ ਬਣ ਗਈ ਸਾਨੂੰ ਕਮੈਂਟਾਂ ਚ ਜਰੂਰ ਦੱਸ ਦਿਓ ਪਲੀਜ਼ ਮੇਰੀ ਵੀਡੀਓ ਦੇਖਣ ਲਈ ਥੈਂਕ ਯੂ